ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਮੇਰੇ ਵੱਲੋਂ ਯੂਟਿਊਬ ਚੈਨਲ 'ਤੇ ਸਵਾਗਤ ਕਰਦੇ ਹਾਂ। ਅਤੇ ਅੱਜ ਸਾਡੀ ਲੰਗਰ ਦੀ ਵਾਰੀ ਹੈ ਸਵੇਰ ਸਵੇਰੇ ਉੱਠ ਕੇ, ਅਤੇ ਸ਼ੁਰੂਆਤ ਜਿਹੜੀ ਆਪਾਂ ਬਣਾਉਣਾ ਹੈ ਤਾਂ ਦੱਸਿਆ ਕੱਲ੍ਹ ਵਾਲੇ ਵਲੋਗ ਦੇ ਵਿੱਚ ਕਿ ਆਪਾਂ ਲੰਗਰ ਬਣਾ ਕੇ ਖਾਣਾ। ਪਿਛਲੀ ਜਦੋਂ ਮਤਲਬ ਮੈਂ ਜੇ ਵਾਰੀ ਮੰਮੀ ਨਾਲ ਕਿਹਾ ਕਿ ਲੈ ਕੇ ਅਸੀਂ ਲੈ ਗਏ ਪ੍ਰਸ਼ਾਦਾ ਬਣਾ ਕੇ ਆਪਣੇ ਹੱਥਾਂ ਦੇ ਨਾਲ ਹੀ ਇਸੇ ਤਰ੍ਹਾਂ, ਅਤੇ ਹੁਣ ਫਿਰ ਆਪਾਂ ਸੇਵਾ ਕਰਨ ਲੱਗੇ ਸੁਖਰੀ ਦੀ, ਕਿਉਂਕਿ ਸੁਖਰੀ ਦੀ ਬਾਹਰ ਨਹੀਂ ਤਾਂ ਉਹਨਾਂ ਦੇ ਵੰਡੇ ਦੀ ਆਪਾਂ ਕਰਨ ਵਾਲੇ ਹੈਗੇ ਹਾਂ, ਅਤੇ ਗੱਲ ਤਾਂ ਸੇਮ ਹੀ ਹੁੰਦੀ ਆ। ਅਤੇ ਦਾਲ ਅਤੇ ਨਾਲ ਚਟਨੀ ਅਤੇ ਨਾਲ ਆਪਾਂ ਬਣਾਵਾਂਗੇ ਮਿੱਠੇ ਚੌਲ ਅਤੇ ਪ੍ਰਸ਼ਾਦਾ ਲੈ ਕੇ ਜਾਵਾਂਗੇ। ਅਤੇ ਉੱਥੇ ਸੁਖਮਨੀ ਸਾਹਿਬ ਦੇ ਪਾਠ ਚੱਲਣ ਦੇ ਉਹਦੀ ਅਰਦਾਸ ਹੁੰਦੀ, ਉਸ ਤੋਂ ਬਾਅਦ ਮਤਲਬ ਜਿਹੜਾ ਆਪਾਂ ਲੰਗਰ ਖਾਣਾ ਉਹ ਤਾਇਆ ਜਾਊਗਾ ਸੰਗਤ ਵਿੱਚ। ਅਤੇ ਮੈਂ ਸੋਚਿਆ ਨਹੀਂ ਕਿ ਮਹਾਰਾਜ ਦਾ ਨਾਂ ਲੈ ਕੇ ਬਣਾਈ ਚੀਜ਼ ਬੜੀ ਸਵਾਦ ਬਣਦੀ। ਅਤੇ ਜਦੋਂ ਮੈਂ ਇੱਦਾਂ ਕੁਛ ਸਪੈਸ਼ਲ ਚੀਜ਼ ਕੋਈ ਘਰੇ ਤਾਂ ਬਣਾਉਂਦੇ ਬਣਾਉਂਦੇ ਰਹਿੰਦੇ, ਪਰ ਜਦੋਂ ਜਾਇ ਚੀਜ਼ ਬਣਾਉਣੀ ਤੁਹਾਡਾ ਥੋੜ੍ਹਾ ਜਿਹਾ ਮਤਲਬ ਹੁੰਦਾ, ਪਰ ਇਹ ਕਿ ਪਰਮਾਤਮਾ ਨਾਲ ਹੀ ਹਰ ਚੀਜ਼ ਸਵਾਦ ਹੀ ਬਣਦੀ ਹੈ। ਚਲੋ ਸ਼ੁਰੂ ਕਰਦੇ ਹਾਂ। ਸੋ ਤੁਸੀਂ ਆਪਣੀ ਸਲੈਬ ਸਲੂਬ ਸਾਰੇ ਕੋਲ ਸਾਫ਼ ਸਫਾਈ ਕਰ ਲਈ, ਨਹਾ ਕੇ ਇਸ਼ਨਾਨ ਵਗੈਰਾ ਕਰਕੇ ਫਿਰ ਆਪਾਂ ਸ਼ੁਰੂ ਕਰਦੇ ਲੰਗਰ। ਹਾਂਜੀ, ਹੁਣ ਅਸੀਂ ਤਿਆਰ ਜਿਹੜੇ ਹੋ ਗਏ, ਅਸੀਂ ਚੱਲੇ ਗੁਰਦੁਆਰਾ ਸਾਹਿਬ ਅਤੇ ਲੰਗਰ ਅਸੀਂ ਬਣਾ ਲਿਆ। ਬਾਕੀ ਚਲੋ ਗੁਰਦੁਆਰੇ ਮਿਲਦੇ ਹਾਂ। ਅਤੇ ਇਹਨੂੰ ਕਵਰ ਨੂੰ ਸੁਣਾ ਦਿੱਤਾ, ਅਤੇ ਇੱਕ ਉਹ ਮੰਮੀ ਹੋਣੀ ਅਤੇ ਗੁਰਨਵਾਜ ਨੂੰ ਮੈਂ ਸਵਾ ਤਾ ਸੀ ਨਵਾ ਕੇ, ਅਤੇ ਇੱਧਰ ਸੁੱਤੇ ਨੂੰ ਲੈ ਕੇ ਜਾਂਦੇ। ਏ ਸੀ ਆਪਾਂ ਚਲਾਇਆ ਨਹੀਂ ਕਿਉਂਕਿ ਗਰਮੀ ਵਿੱਚ ਬਾਹਰ ਨਿਕਲਣਾ ਫਿਰ ਬੜਾ ਔਖਾ ਹੋਣਾ। ਅਤੇ ਬਾਕੀ ਅਸੀਂ ਲੰਗਰ ਪਛਾਣੀ ਬਣਾ ਬਣੂ ਕੇ ਰੱਖ ਲਿਆ, ਅਤੇ ਹੁਣ ਟਾਈਮ 12 ਵਜੇ ਭੋਗ ਪੈਣਾ, 11 ਵਜੇ ਘਰ ਤੁਰਦੇ ਹਾਂ, ਅਤੇ ਫਿਰ ਮਿਲਦੇ ਜਾ ਕੇ ਉੱਥੇ ਗੁਰਦੁਆਰਾ ਸਾਹਿਬ। ਹਾਂਜੀ, ਹੁਣ ਚੱਲੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ। ਕਵਲ ਨੂੰ ਕਿਹਾ ਪਰ ਉਹਦੇ ਮੰਮੀ ਜਿਹੜੇ ਕਿਤੇ ਗਏ, ਅਤੇ ਉਹ ਫਿਰ ਮੁੰਡੇ ਨੂੰ ਸਵਾ ਕੇ ਬੈਠੀ, ਇਹਨੂੰ ਚੇਤਾ ਆ ਨਹੀਂ ਗਈ। ਫਿਰ ਮੰਮੀ ਜੀ ਮੈਂ ਤਾਂ ਗੁਰਨਵਾਜ ਸੁੱਤਾ ਹੀ, ਹੁਣ ਨੀਂਦ ਹੋ ਗਈ ਖਰਾਬ। ਅਤੇ ਗੁਰਦੁਆਰਾ ਸਾਹਿਬ ਜਾ ਕੇ ਬੜਾ ਖੁਸ਼ ਹੁੰਦਾ, ਉੱਥੇ ਏ ਸੀ ਚੱਲਣ ਦੇ, ਪਰ ਇੱਕ ਧੁੱਪ ਜਾਂ ਅਤੇ ਕਦੀ ਠੰਡਾ ਹੋ ਜਾਂਦਾ, ਫਿਰ ਬੱਚਾ ਬਿਮਾਰ ਹੋ ਜਾਂਦਾ। ਪਰ ਮਹਾਰਾਜ ਤਾਂ ਚੱਲੇ ਆਪਾਂ ਕੋਈ ਗੱਲ ਨਹੀਂ। ਗੁਰਨਵਾਜ ਸੁੱਤੇ ਸੁੱਤੇ ਕਿੱਥੇ ਚੱਲ ਚੱਲੇ ਆਪਾਂ, ਬਾਬੇ ਚੱਲੇ ਆਪਾਂ, ਕਿੱਥੋਂ ਪਿਓ ਪਿਓ ਜੀ। ਪਿਛਲੀ ਵਾਰ ਇਹਦੇ ਨਾਨੀ ਅਰਦਾਸ ਪਾਈ, ਅਤੇ ਅੱਜ ਉਹਨਾਂ ਨੇ ਸ਼ੁਕਰਾਨੇ ਦੀ ਅਰਦਾਸ ਕੀਤੀ, ਅਤੇ ਸੁੱਖ ਦੀ ਫਿਰ ਸਾਰੇ ਸੰਗਤ ਅਰਦਾਸ ਕੀਤੀ। ਇਹ ਡਰ ਗਿਆ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਦੁਪਹਿਰ ਦੇ ਵਲੋਗ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਅਤੇ ਇੱਧਰ ਔਨਲਾਈਨ ਇੱਕ ਗੱਦਾ ਮੰਗਾਇਆ ਸੀ, ਭਾਈ ਆ ਚੁੱਕਾ, ਇਹਨੂੰ ਖੋਲ੍ਹ ਕੇ ਵੇਖਨੇ ਭਲਾ ਕਿੱਦਾਂ ਦਾ ਪੂਰਾ ਆਉਂਦਾ ਕਿ ਨਹੀਂ। ਵੈਸੇ ਤਾਂ ਮੈਂ ਮਈਅਰਮੈਂਟ ਲੈ ਕੇ ਹੀ ਕੀਤਾ ਇੱਕ ਕਰਲ ਆਉਣ ਦਾ ਫਲਿੱਪਕਾਰਟ ਤੋਂ, ਅਤੇ ਜੇ ਤਾਂ ਸਹੀ ਰਿਹਾ ਤਾਂ ਫਿਰ, ਨਹੀਂ ਤਾਂ ਆਪਾਂ ਉਹ ਵਾਪਸੀ ਦੀ ਪਾਵਾਂਗੇ। ਕਾਫੀ ਦਿਨ ਲੱਗ ਗਏ ਵੈਸੇ ਆਉਣ 'ਤੇ, 21 ਤਰੀਕ ਦਾ ਔਡਰ ਕੀਤਾ ਸੀ ਆਪਾਂ ਗੁਰਨਵਾਜ, ਅੱਜ ਹੋ ਗਈ ਆ 1 ਤਰੀਕ ਵੋਟਾਂ ਵਾਲਾ ਦਿਨ, ਅੱਜ ਜਾ ਕੇ ਆਇਆ। ਨਹੀਂ ਹੁਣ ਉੱਠ ਕੇ ਆ ਗਈ ਆ, ਤੇ ਉਦੋਂ ਤੇ ਆਈ ਨਾ ਜਦੋਂ ਜਾਣਾ ਹੈ ਗੁਰਦੁਆਰੇ। ਹੈ ਉਹ ਮੈਨੂੰ ਅੱਗੇ ਉਹ ਕੁੜੀ ਆਉਂਦੀ ਆਉਂਦੀ, ਜੇ ਤੂੰ ਕਦੀ ਨਾ ਕਿਤੇ ਖਾ ਪੀ ਕੇ ਜਾਣਾ, ਆਉਂਦੀ ਭੱਜੀ ਆਉਣਾ ਤੇ ਬਾਬੇ ਨਾਲ ਨਹੀਂ ਜਗੇ। ਆ ਗਏ, ਕਿੱਥੇ ਗਏ ਹੋ? ਗੁਰਦੁਆਰਾ ਸਾਹਿਬ ਗਏ ਕਰਕੇ। ਮੈਂ ਸ਼ਾਇਦ ਕੋਈ ਸਮਾਗਮ ਹੀ ਗੁਰਦੁਆਰਾ ਸਾਹਿਬ, ਮੰਮੀ ਨੇ ਕਰਾਈ ਸੀ ਅਰਦਾਸ, ਤੇ ਹੁਣ ਆ ਕੇ ਸੁੱਖ ਦੀ ਕਰਾ ਕੇ ਇਹ ਵੀ ਸਾਰੇ ਸੰਗਤ ਦੇ ਅਰਦਾਸ ਕੀਤੀ। ਬੜੀ ਸਵੇਰ ਅਰਦਾਸ ਹੋਈ ਸੁੱਖ ਦੀ। ਚਲੋ ਵਧੀਆ, ਮੈਂ ਕਿਹਾ ਕਿ ਚਲੋ ਅਸੀਂ ਤੇ ਅਰਦਾਸ ਕਰਨੀ, ਬਾਬੇ ਨੇ ਕਿਹਾ ਅਸੀਂ ਕਰਨੀ, ਕਰੀ ਸਾਰੀ ਸੰਗਤ ਹੀ ਇੱਕ ਵਾਰੀ ਕਹੋ ਸਾਰੇ, ਕਿਉਂਕਿ ਸਾਰੇ ਆਪਣੇ ਵਲੋਗ ਵਿੱਚ ਵੇਂਦੇ ਨੇ, ਸਾਰੇ ਪਤਾ ਹੈ ਸਾਰੇ ਸੰਗਤ ਦੇ ਅਰਦਾਸ 2-3 ਵਾਰੀ ਕੀਤੀ। ਚਲੋ ਵਧੀਆ, ਮਹਾਰਾਜ ਸੁੱਖ ਦੀ ਸੁਣੂਗਾ। ਤੇ ਇੱਧਰ ਵੋਟ ਪਾਉਣ ਚੱਲੀਏ, ਮੈਂ ਮਨਦੀਪ ਲੁਹਾਰ ਕੇ ਪਾਈ ਵੋਟ ਆਪਣੇ ਪੇਕੇ, ਤੇ ਅਸੀਂ ਹੁਣ ਚੱਲੇ ਵੋਟ ਪਾਉਣ। ਤੇ ਵੋਟ ਪਾਉਣਾ ਸਾਡਾ ਹੱਕ ਆ, ਉਹਦਾ ਅਸੀਂ ਹੱਕ ਦਾ ਪੂਰਾ ਫਾਇਦਾ ਚੁੱਕਾਂਗੇ, ਅਸੀਂ ਆਪਣੇ ਹੱਕ ਦੀ ਵਰਤੋਂ ਕਰਾਂਗੇ। ਤੂੰ ਵੀ ਕਰਨੀ,
ਮੰਮੀ ਵੀ ਚੱਲੇ ਮੇਰੇ ਨਾਲ ਹੀ ਗੋਟ ਕਰਨ। ਦੁਪਹਿਰ ਲੱਗੀ ਆ ਜੇ 1 ਵਜਾ ਤੇ ਹੁਣ ਸਾਰੇ ਜਣੇ ਖਾਲੀ ਹੋਣਾ ਤੇ ਅਸੀਂ ਹੁਣ ਉਹਨੂੰ ਪਾ ਲਈ। ਚਲੋ ਠੀਕ ਹੈ ਤੇ ਖਲੋ ਜਾਂਗੇ ਘੜੀ। ਹਾਂਜੀ ਤੇ ਹੁਣ ਅਸੀਂ ਚੱਲੇ ਵੋਟ ਪਾਉਣ। ਆਹ ਸਾਰੇ ਜਣੇ ਮੇਰੇ ਨਾਲ ਬਹਿ ਕੇ ਵੋਟ ਪਾਉਣ ਚੱਲੇ। ਇਹਨਾਂ ਨੂੰ ਮੈਨੂੰ ਪੁੱਛਣ ਡੇ ਕਿਹਨੂੰ ਪਾਉਣੀ ਕਿਹਨੂੰ ਪਾਉਣੀ। ਇਹਨਾਂ ਨੂੰ ਮੈਂ ਕੰਨ 'ਚ ਦੱਸਤਾ ਸਾਰਿਆਂ ਨੂੰ। ਆਹ 4 ਬੰਦੇ 'ਚੋਂ 2 ਬੰਦਿਆਂ ਨੇ 1 ਵੱਖਰੀ ਪਾਰਟੀ ਨੂੰ ਪਾਉਣੀ ਹੈ ਤੇ 3 ਬੰਦਿਆਂ ਨੇ 1 ਵੱਖਰੀ ਪਾਰਟੀ ਨੂੰ ਪਾਉਣੀ। ਸਾਡੀ ਘਰ 'ਚ ਨਹੀਂ ਬਣ ਰਹੀ ਐਰਕੀ ਵੋਟਾਂ ਦਾ ਮਾਹੌਲ ਇਹ ਹੋਇਆ ਪਿਆ ਪਤਾ ਲੱਗਣ ਡਿਆ ਕਿਹਨੂੰ ਪਾਉਣੀ। ਤੇ ਮੈਂ ਤੇ ਕਵਲ ਤੇ ਅਨਮੋਲ ਅਸੀਂ ਤਿੰਨਾਂ ਨੇ 1 ਪਾਰਟੀ ਨੂੰ ਪਾਉਣੀ ਹੈ। ਅਵਿੰਦਰ ਰੇ ਤੇ ਮੰਮੀ ਨੇ 1 ਪਾਰਟੀ ਨੂੰ ਪਾਉਣੀ ਹੈ। ਅਸੀਂ ਬਸ ਦੱਸਣਾ ਨਹੀਂ ਅਸੀਂ ਦਵਾ ਕਿਹਨੂੰ ਪਾਉਣੀ ਹੈ। ਸਾਡਾ ਟੋਪ ਸੀਕਰਟ ਆ। ਸਾਰੇ ਕਹਿਣ ਡੇ ਸਾਡਾ ਪਿਆਰ ਵੇਖ ਲਓ ਫੈਮਿਲੀ ਦਾ ਪਿਆਰ ਸਾਡਾ ਕਾਹਦਾ ਵੋਟਾਂ ਦੀਆਂ ਵੱਖ ਵੱਖ ਜਾਣੀਆਂ 56 ਦੀਆਂ ਅਸੀਂ ਵੱਖ ਵੱਖ ਪਾਉਣੀਆਂ। ਅਸੀਂ ਆਪਣੀ ਮਰਜ਼ੀ ਕਰਦੇ ਨੇ ਵੋਟਾਂ। ਇਹ ਸਾਡਾ ਹੱਕ ਆ। ਹਾਂ ਜਿੱਥੇ ਸਾਡੀ ਸੋਚ ਰਹੂਗੀ ਉੱਥੇ ਅਸੀਂ ਵੋਟ ਪਾਵਾਂਗੇ। ਜਿਹੜਾ ਸਾਡੀ ਸ਼ਾਦੀ ਕਰਵਾਏਗਾ ਜਿਹੜਾ ਸਾਡਾ ਆਧਾਰ ਕਾਰਡ ਬਣਾਏਗਾ ਉਹਨੂੰ ਵੋਟ ਪਾਵਾਂਗੇ। ਜਿੱਥੇ ਆਖੂਗਾ ਉੱਥੇ ਟੱਪਾ ਲਾਵਾਂਗੇ। ਵੀਰ ਵੀ ਪਾਇਆ ਵੋਟ ਵੀਰ ਪਾਇਆ ਨਾ ਪਾਇਆ ਸੁੱਚ ਜਾਗਦਾ ਸੁੱਤਾ ਜਾਗਦਾ ਇਹਨੂੰ ਪਤਾ ਲੱਗੇ ਕਿਹੜਾ ਖੁਸ਼ ਹੋਇਆ। ਹਾਂ ਬੇਬੀ ਨੋਨੇ ਬੇਬੀ ਤੁਸੀਂ ਨੀ ਵੋਟ ਪਾਉਣੀ ਤੁਸੀਂ ਕਿਹਨੂੰ ਵੋਟ ਪਾਈ ਜੇ ਅੱਜ ਅਸੀਂ ਇੱਕ ਨਵਾਂ ਗਿਫਟ ਲੈ ਕੇ ਆਏ। ਥੱਲੇ ਵਿਛਾਲਿਆ ਕਰਾਂਗੇ ਖੇਡਦਾ ਰਹਿੰਦਾ ਨਾ ਡਿਗਰ ਰਾਤੀ ਰੁੱਸ ਗਿਆ ਮੈਂ ਉਹ ਕੰਢੇ ਜਾ ਕੇ ਪੈ ਗਿਆ ਤੇ ਉਹ ਖੇਡਦਾ ਰਹਿੰਦਾ ਥੱਲੇ ਤੇ ਚੱਲ ਇੱਕ ਥੱਲੇ ਵਿਛਾਲਾਂਗੇ ਤੇ ਆਹ ਨਵੇਂ ਮੰਗਾ ਲੈਂਦੇ ਹੁਣ ਵੇਲੇ ਖੋਲ ਕੇ ਭਲਾ ਕਿੱਦਾਂ ਦੇ ਕੀ ਹਿਸਾਬ ਦਾ ਗਿਆ ਹੁਣ ਸਾਈਜ਼ ਪੂਰਾ ਆ ਜੇ ਸਹੀ ਭਲਾ ਕੀ ਗੱਲ ਹੈ ਮਹਾਂ ਅੱਗੇ ਆਏ ਵਾਪਸ ਕਰ ਸਕਦੇ 21 ਤਰੀਕ ਦੇ ਆਹੋ ਮੰਗਾਏ ਆ ਤੇ ਹੁਣ ਆਏ ਮਹਾਂ ਕਿਤੇ ਆਣ ਕੇ ਤੇ ਅਸੀਂ ਚਾਹੁੰਦੇ ਜੇ ਸਾਈਜ਼ ਪੂਰਾ ਹੀ ਸਹੀ ਰਵੇ ਤੇ ਚੰਗਾ ਕੰਮ ਜੇ ਥੋੜ੍ਹਾ ਬਹੁਤਾ ਵਿੰਗਾ ਟੇਢਾ ਹੋ ਗਿਆ ਸਾਈਜ਼ ਫਿਰ ਬਹੁਤ ਔਖਾ ਹੋ ਜਾਣਾ ਕੰਮ ਕਿਉਂਕਿ ਮਹਾਂ ਦੇ ਆਏ ਫਿਰ ਵਾਪਸੀ ਦਾ ਬੜਾ ਪੰਗਾ ਹੁੰਦਾ ਪਟਾਰੀ ਖੁੱਲ ਰਹੀ ਹੈ ਪਤਾ ਨੀ ਕਿੱਦਾਂ ਦੇ ਹੁਣ ਕਲਰ ਤੇ ਬੜਾ ਸੋਹਣਾ ਬਾਕੀ ਤੈਨੂੰ ਪਤਾ ਨੀ ਸ਼ਕਲ ਬੜੀ ਸੋਹਣੀ ਆ ਗੱਲ ਤਾਂ ਨੀ ਪਤਾ ਸੋਹਣਾ ਹੈ ਮੇਨ ਗੱਲ ਆ ਜਾਵੇ ਹਨਾ ਉਹੋ ਜਿਹੀ ਮੇਨ ਗੱਲ ਆ ਤੇ ਜਿੰਨੀ ਇਹਨਾਂ ਪੈਕਿੰਗ ਕੀਤੀ ਹੜ ਕੋਣੀ ਵੀ ਨਹੀਂ ਆਣ ਇਹਨੂੰ ਜਿਆਦਾ ਵੈਕਿਊਮ ਪੈਕਿੰਗ ਆ ਤਾਂ ਹੀ ਆਏ ਘੱਟ ਲੱਗਦਾ ਉਦੋਂ ਦਾ ਮਿਲਦਾ ਖਲਾਰ ਬੜਾ ਹੋਣਾ ਦਾ ਇਹ ਵੈਕਿਊਮ ਪੈਕ ਕੀਤੇ ਆ ਗੁਨਾਪੁਰ ਤੇ ਕੱਪੜੇ ਪਾਓ ਇਦਾਂ ਸਵਾਤ ਆ ਗਿਆ ਲਫਾਫੇ ਬੜੇ ਚੜਾਏ ਆ ਤੇ ਪੈਕਿੰਗ ਬੜੀ ਕੀਤੀ ਆ
ਸਹੀ ਗੱਲ ਈ ਅੱਜ ਥੱਲੇ ਹੋਰ ਹੈਗਾ ਜੀ ਨੇ ਇੱਕ ਹੋਰ ਹੈਗਾ ਜੀ ਜੇ ਹਾਂ ਮੈਂ ਦੇਖੇ ਨਹੀਂ ਹੈ ਕੰਮ ਬਸ ਲੱਭੜੀ ਚੱਲਿਆ ਹੁਣ ਨਹੀਂ ਨਿਬੜਨਾ ਕਿੱਥੇ ਅਜੇ ਲੱਗੇ ਰਹੋ ਹੋਰ ਲੱਗੇ ਸਾਰੀ ਦਿਹਾੜੀ ਇਹਨੂੰ ਖੁੱਲ੍ਹ ਵੀ ਲੱਗ ਜਾਣੀ ਅੱਜ ਚਲੋ ਮੇਨ ਕੰਮ ਜਿਹੜਾ ਉਹ ਕਰ ਲਓ ਪਹਿਲਾਂ ਵੀ ਇਹ ਮੈਨੂੰ ਰੱਖ ਕੇ ਵੇਖ ਲਓ ਵੀ ਤੁਹਾਡੀ ਮਿਹਨਤ ਜਿਹੜੀ ਸਫਲ ਹੋਈ ਕਿ ਨਹੀਂ ਪੂਰਾ ਆ ਜੇ ਸਹੀ ਬਸ ਜੇ ਪੂਰਾ ਆ ਗਿਆ ਫਿਰ ਤੁਹਾਡੇ ਪਾਰਟੀ ਬਣ ਜਾਈ ਤੇ ਉਦਾਂ ਹੀ ਨਿਗਾਹ ਜਾਈ ਲੈ ਵੀ ਕੀ ਗੱਲ ਕੇ ਨਹੀਂ ਆਇਆ ਕੇ ਆ ਗਿਆ ਇਦਾਂ ਨਹੀਂ ਕਲੈਨ ਪਾਉਣਾ ਸੋਹਣਾ ਜੇ ਕਲਰ ਤਾਂ ਛਾੜ ਲਿਆ ਕੇ ਚਾਵਾਂਗੇ ਹੁਣ ਇਹਦਾ ਕਰਦੇ ਮੂਰਤ ਗੱਲ ਸੁਣ ਦੋਵੇਂ ਪਿਓ ਪੁੱਤ ਕਿਨੇ ਖੁਸ਼ ਹੁੰਦੇ ਗੁੱਡ ਨਾਈਟ ਨਵੇਂ ਗੱਦੇ ਦਾ ਕਰਦੇ ਮੂਰਤ ਪੁੱਤ ਮੰਮੀ ਕਵਰ ਲਾਉਂਦੇ ਨਾ ਵੀ ਕੋਈ ਵੀ ਚੀਜ਼ ਫੜਨੀ ਤੇ ਕਹਿਣਾ ਵੀ ਇਹ ਆ ਨੀ ਰੋਕਦੀ ਮਾਸਾ ਟੋਕਦੀ ਨੀ ਮੁੰਡੇ ਨੂੰ ਆਪਣੇ ਵਧਾ ਹੁੰਦੀ ਨਾ ਅੱਜ ਗੱਡੀ ਚ ਕਹਿੰਦੇ ਫੜ ਲੈ ਜਿੱਦ ਫੜਨਾ ਫੜ ਲੈ ਸਹੀ ਗੱਲ ਹੱਸਦੇ ਕਿੱਧਰ ਫੜ ਲੈ ਗੱਲ ਸੁਣਾ ਆਪਣਾ ਤਾਂ ਤਾਂ ਵੀ ਇਹਦੇ ਤੇ ਤੁਸੀਂ ਜਿਹੜੀ ਆਪਾਂ ਇੰਨਾ ਘੰਟਾ ਕੁ ਵੇਸਟ ਕੀਤਾ ਉਹ ਨਹੀਂ ਹੋਣਾ ਇਹਦੇ ਨਾਲ ਕੱਟ ਕਰ ਦੇਣਾ ਪਲੇਟ ਦੇ ਸਹੀ ਗੱਲ ਹੀ ਉਹ ਸਾਰਾ ਕੱਟਣਾ ਇਹਦੇ ਨਾਲ ਹੀ ਪਲੇਟ ਸਾਰਾ ਗੱਤਾ ਪਾਲ ਲੈਂਦੇ ਨਹੀਂ ਭਾਈ ਉਹ ਲੱਭਾ ਜੀ ਕੀ ਬੰਦਾ ਵੇਲਾ ਅਨਪੜ ਬੰਦਾ ਬਣਾਉਣਾ ਚਾਹੀਦਾ ਜਿੰਦੇ ਹੋਣਗਾ ਅੱਜ ਨਾ ਸੱਪ ਨੇ ਬਣਾਈ ਜੀ ਰੋਡ ਕਿਉਂ ਇਹ ਰੋਡ ਬਣਾਉਂਦੇ ਸੱਪ ਕਦੀ ਰੋਡ ਨਹੀਂ ਬਣਾਉਂਦਾ ਕਿਉਂਕਿ ਜਿਹਦਾ ਦਾ ਬੰਦਾ ਜਿੱਦਾਂ ਦਾ ਹੁੰਦਾ ਉਹਨੂੰ ਉਹਦੇ ਬਾਰੇ ਜਾਈ ਨਾਲ ਚੂਹੇ ਦੀ ਰੋਡ ਚ ਵੜ ਕੇ ਚੂਹਾ ਵੀ ਖਾ ਜਾਂਦਾ ਤੇ ਬੱਚੇ ਵੀ ਖਾ ਜਾਂਦਾ ਤੇ ਆਪ ਉਹ ਰੋਡ ਤੇ ਕਬਜ਼ਾ ਕਰ ਲੈਂਦਾ ਇਹ ਗੱਲ ਦਾ ਪਤਾ ਸੱਪ ਆਂਦੇ ਸੱਪ ਨੀ ਪਾਲਣੇ ਕਿਉਂ ਮੈਂ ਪਿੱਜਾ ਆ ਬੜਾ ਖੁਸ਼ ਸੀ ਬਾਹਰ ਆਣ ਕੇ ਵੇ ਹਾਸੇ ਕਿਤੇ ਵੱਖੀਆਂ ਥਾਂ ਬਾਹਰ ਨਿਕਲਦੇ ਮੈਂ ਜਾਣਾ ਹੀ ਤੁਹਾਡੇ ਕੋਲ ਕਹਿੰਦੀ ਗਈ ਮੈਂ ਚੱਲੀ ਆ ਪਛਾਣੀ ਕਰਨ ਮਿਸਤਰੀਆਂ ਨੇ ਬੜਾ ਖਲਾਰਾ ਪਾ ਇਹ ਥਾਂ ਏਦਾਂ ਹੀ ਖਾਲੀ ਪਿਆ ਰਿਹਾ ਸੀ ਪੂਰਾ ਸਾਲ ਖਾਲੀ ਪਿਆ ਰਿਹਾ ਅਸੀਂ ਪਲਾਨ ਕੀਤਾ ਇੱਥੇ ਪ੍ਰੋਗਰਾਮ ਕਰਾਂਗੇ ਉਹਨਾਂ ਉਹ ਵਿਖਾਈ ਅਨਮੋਲ ਆ ਜਿਹੜੀ ਬਿਲਡਿੰਗ ਆ ਇਹ ਤਿਆਰ ਹੋਣ ਡਈ ਸੀ ਕਰਨ ਇਹ ਤਿਆਰ ਹੋਣ ਰਹੀ ਸੀ ਉਦੋਂ ਇਸ ਕਰਕੇ ਮਿਸਤਰੀ ਬੜੇ ਲੱਗੇ ਰਹੇ ਇੱਧਰ ਚੱਕੇ ਇੱਧਰ ਰੇਤ ਬੱਜਰੀ ਸਭ ਲੱਗਾ ਰਿਹਾ ਉੱਥੇ ਵੀ ਕੰਮ ਰਹਿ ਗਿਆ ਹੁਣ ਅਸੀਂ ਇਹਦਾ ਬਰਥਡੇ ਮਨਾਉਣਾ ਵਧੀਆ ਜਿਹਾ ਘੈਂਟ ਜਿਹਾ ਨੀਂਦੋ ਆਉਂਦੀ ਕਵਲ ਨੇ ਆੜ ਉੜ ਕੇ ਕੁੜਤੇ ਲੈ ਹੀ ਆਉਂਦੇ ਹੈ ਨਾ ਸੁਣ ਲੱਗਣ ਦਿਆ ਪਾਇਆ ਆਪਾਂ ਜਾਣ ਕੇ ਨਹੀਂ ਪਾਉਂਦੀ ਤੂੰ ਸੋਹਣ ਲੱਗਣ ਦਿਆ ਸਗੋਂ ਉਹ ਟੀ ਸ਼ਰਟ ਪਜਾਮੇ ਨਾਲ ਮੈਨੂੰ ਆ ਜਾ ਸੋਹਣ ਲੱਗਾ ਆਪਾਂ ਨੂੰ ਪਸੰਦ ਹੁੰਦੀ ਨਾ ਮਤਲਬ ਕਿਹੜੀ ਚੀਜ਼ ਕਿਸੇ ਨੂੰ ਗੱਲ ਬੰਦੇ ਪਤਾ ਪਰ ਨਹੀਂ ਪਾਇਆ ਸੋਹਣ ਲੱਗਾ ਨਹੀਂ ਨਹੀਂ ਮਤਲਬ ਨਾਲੇ ਸੂਟ ਦਾ ਸੂਟ ਲੱਗਣ ਦਿਆ ਤੇ ਨਾਲੇ ਉੱਦਾਂ ਵੀ ਪਾਇਆ ਵੀ ਚੰਗੇ ਤੇ ਚੱਲ ਕੋਈ ਨੀ ਮੇਰੇ ਘਰ ਤਨਖਾਹ ਮੈਂ ਬਣਾਉਂਦੀ ਪਰ ਉਹ ਕਹਿੰਦਾ ਗੋਲ ਗੱਪੇ ਖਵਾ ਦਿੰਦਾ ਸੂਟ ਤੇ ਬਹੁਤ ਆ ਵੀਰ ਜੀ ਦੱਸੋ ਸ਼ਾਮੇ ਨੇ ਪਿੱਛੋਂ ਵੱਡੀ ਸੂਟ ਬਣਦਾ ਕਿ ਨਹੀਂ ਬਣਦਾ
ਇਹ ਗੱਲ ਆ ਹਾਂ ਨਹੀਂ ਤੂੰ ਮੇਰਾ ਆਵੇ ਉਹ ਵੀ ਆ ਗਈ ਉਹਨੂੰ ਕਹਿੰਦਾ ਵੀ ਸ਼ਾਮੇ ਨਾ ਰੋਟੀ ਤੇ ਸੂਟ ਬੰਦਾ ਹੀ ਇੱਕ ਮੈਨੂੰ ਨਹੀਂ ਪਤਾ ਆਵੇ ਉਹਦਾ ਮਹੀਨੇ ਬਾਅਦ ਲੈ ਤੇ ਗੋਲਗੱਪੇ ਖਵਾਏ ਗੋਲਗੱਪੇ ਹਾਂ ਕੀਤੀ ਤੂੰ ਬਹੁ ਖਵਾ ਦਿੰਦੇ ਗੋਲਗੱਪੇ ਤੁਹਾਨੂੰ ਨਹੀਂ ਨਹੀਂ ਇਹਨੂੰ ਕਿੱਧਰ ਖੜਦਾ ਚੱਲ ਆਪਣੇ ਘਰ ਵਾਲੇ ਨੇ ਜਾ ਐ ਨਹੀਂ ਖੜਨਾ ਕੋਣਾ ਤੈਨੂੰ ਸਾਡੇ ਵਾਲ ਕਿੱਧਰ ਆਉਂਦੀ ਆ ਗਰੀਬ ਚਾਹ ਮੰਗਣ ਦਿਆ ਕਰਦਾ ਤੇ ਮੇਰੇ ਨਾਲ ਵੀ ਇਦਾਂ ਹੀ ਹੁੰਦਾ ਪਤਾ ਨੀ ਮੈਂ ਕੀ ਬਣਾਇਆ ਸੀ ਕਿੰਨਾ ਫਿਕਰ ਹੀ ਵੇਲਾ ਸੂਟ ਤੂੰ ਬਣਾ ਕੇ ਨੀ ਦਿੰਦੇ ਪਰ ਫਿਕਰ ਪਰ ਇਹ ਵਿਚਾਰੇ ਲਾਉਣੇ ਪੈਣੇ ਰੋਟੀ ਤੋਂ ਗੜਾ ਜੁਟਣ ਤੇ ਅਸੀਂ ਤੇ ਜਾ ਜਾ ਕੇ ਰੋਟੀ ਰੋਟੀ ਲਾ ਜਾ ਕੇ ਜਿੰਦਰ ਇਹਨੂੰ ਕਿ ਰੋਟੀ ਲਾਵੇ ਜਾ ਕੇ ਆ ਰਹਿਣ ਦੇ ਰੋਟੀ ਰੁਪਏ ਸਬਜ਼ੀ ਬਣਾ ਤੂੰ ਐਵੇਂ ਸੁਣੀ ਹੈ ਜੀਗੇ ਇੱਧਰ ਚੱਲ ਠੀਕ ਹੈ ਜਾਣਾ ਬਰਗਰ ਖਾ ਪਹਿਲਾਂ ਮੇਰੇ ਨਾਲ ਇੱਧਰ ਗੱਡੀ ਧਵਾਓ ਐ 6 ਰੁਪਏ ਨਹੀਂ ਚੱਲ ਧਵਾ ਗੱਡੀ ਪਹਿਲਾਂ ਐ ਟੋਰ ਗੱਡੀ ਹੈ ਧਵਾ ਗੱਡੀ ਜਾ ਕੇ ਵੇ ਤੂੰ ਕਿੱਥੋਂ ਆਇਆ ਜਵਿੰਦਰ ਨੂੰ ਛੁੱਟੀ ਤੇ ਵਿੰਦਰ ਆਂਦਾ ਅੱਜ ਮੈਂ ਤੁਹਾਨੂੰ ਬਰਗਰ ਖਵਾ ਕੇ ਲਿਆਉਣਾ ਤੇ ਇਹ ਸਾਨੂੰ ਲੈ ਕੇ ਚੱਲਿਆ ਬਰਗਰ ਖਵਾਉਣ ਵਿੰਦਰ ਤੂੰ ਖਾਣਾ ਨਾ ਮੁੱਕਰ ਜਾਣਾ ਇਹਨੇ ਉੱਥੇ ਜਾ ਕੇ ਸਹੇ ਨੂੰ ਆਂਦੇ ਕਿਸੇ ਨੇ ਮੀਟ ਖਾਣਾ ਆਂਦਾ ਆਪਣਾ ਬਾਜੀ ਇੰਨਾ ਬੜਾ ਮੇਰਾ ਇਹ ਮੇਰਾ ਹੀ ਗੁਰਨਵਾਦ ਡਾਲੋ ਚੱਲ ਬਹੁਤਾ ਆਪਾਂ ਚੱਲੀਏ ਅਸੀਂ ਗੁਰਨਵਾਦ ਇਹਨਾਂ ਦੀ ਮੰਮਾ ਦੀ ਛੱਡ ਜਾਂਦੇ ਹਾਂ ਉੱਥੇ ਚੱਲ ਕੀ ਕਰਨਾ ਇਹਨੇ ਮੈਂ ਕਿਹਾ ਇਹਨੂੰ ਮੈਂ ਲੈ ਕੇ ਹੀ ਜਾਣਾ ਜਿੱਥੇ ਮੈਂ ਜਾਊਂਗਾ ਉੱਥੇ ਹੀ ਇਹ ਜਾਊਗਾ ਇੱਧਰ ਗੁਰਨਵਾਦ ਪਾਠ ਕਰਦਾ ਜਾਣ ਡਿਆ ਵਾਹਿਗੁਰੂ ਵਾਹਿਗੁਰੂ ਕਰਦਾ ਜਾਣ ਡਿਆ ਵਾਹਿਗੁਰੂ ਸਤਨਾਮ ਆਜੇ ਵੀ ਜੁੱਤ ਕੇ ਨੇ ਬਦਲ ਸਾਹਿਬ ਦੇ ਰੂਹ ਵੀ ਆਂਦਾ ਵਾਹਿਗੁਰੂ ਵਾਹਿਗੁਰੂ ਸਤਨਾਮ ਨਹੀਂ ਕਿਤੇ ਉੱਥੇ ਕਿ ਉਹ ਸੰਗਤ ਵਿੱਚ ਜਦੋਂ ਕਰਦੇ ਹੁੰਦੇ ਨਾ ਵਾਹਿਗੁਰੂ ਵਾਹਿਗੁਰੂ ਤੇ ਇਹ ਵੀ ਕਰੇ ਨਾ ਸਤਨਾਮ ਵਿੱਚ ਹੀ ਕਰੇ ਵਾਹਿਗੁਰੂ ਹਾਂ ਨਿਕਾ ਜਾ ਇਹ ਤੇ ਵਾਹਿਗੁਰੂ ਵਾਹਿਗੁਰੂ ਆਂਦਾ ਹੋਰ ਲਾਉਣ ਡਿਆ ਉੱਥੇ ਲਓ ਵੀ ਲਓ ਵੀ ਹੁਣ ਆਪਾਂ ਪਹੁੰਚ ਗਏ ਆ ਗ੍ਰਿਸਟਾ ਗ੍ਰਿਸਟਾ ਲਿਖਿਆ ਨਾ ਜਿਥੇ ਅਸੀਂ ਆਉਂਦੇ ਨੇ ਆਪਣੇ ਯਾਰਾਂ ਨਾਲ ਅੱਜ ਮੈਂ ਉਹਨਾਂ ਨੂੰ ਕਿਹਾ ਮੈਂ ਫੋਨ ਕੀਤਾ ਮੁੰਡਿਆਂ ਨੂੰ ਮੈਂ ਚੱਲੀਏ ਚੱਲ ਗਾ ਚਰੰਜਾ ਤੇਰੇ ਖਾਤੇ ਬਥੇਰੇ ਆ ਇਹਦੀ ਮਾਂ ਨੂੰ ਲਿਆਉਣੀ ਡੀ ਗੁਰੂ ਗਰਨਵਾਜ ਦੀ ਭੈਣ ਨੂੰ ਬਦੋ ਬਦੀ ਲਿਆਂਦਾ ਤੇ ਉਹ ਟੇਬਲ ਤੇ ਚੜ ਕੇ ਬੈਠਾ ਹੀ ਉਹਨੇ ਮੈਨੂੰ ਕਿਹੜੇ ਵਾਲ ਪੁੱਟਦੇ ਵੇਲੇ ਐਵੇਂ ਮਰੀ ਜਾਂਦੀ
ਹਾਂ ਮੈਂ ਵੇਖੀ ਵੀਡੀਓ, ਮੈਂ ਤੇਰੀ ਲੱਤ ਤੋੜਨੀ ਕੱਲ ਵਾਲੀ ਅਜੇ ਸਗੋਂ ਕੋਖ ਵਾਲਾ ਬਰਗਰ ਤੈਨੂੰ ਮੈਂ ਵੇਖੀ ਤੇਰੇ ਢਿੱਡ ਚ ਮੁੱਕਿਆ ਮਾਰਦਾ ਲੈਣਾ ਲੈਣਾ ਮੈਂ ਜੀ ਫੋਨ ਹੀ ਛੱਡਤੇ ਰਹਿਮਤ ਨੇ ਸਾਨੂੰ ਪੀਜ਼ਾ ਹੀ ਖਵਾਤਾ ਤਾਂ ਬਰਗਰ ਹੀ ਖਾਣਾ ਵੈਰੀ ਗੁੱਡ ਭਾਵੇਂ ਵੱਡਾ ਪੀਸ ਚੁੱਕ ਲੈ ਗਈ ਬੰਦਰੀ ਜੀ ਇਹ ਨਹੀਂ ਰੱਜ ਗਈ ਮੱਝ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੰਗਾ ਫਿਰ ਮੈਂ ਚੱਲਦਾ ਜੀ ਮੈਨੂੰ ਫੋਨ ਆ ਗਿਆ ਜ਼ਰੂਰੀ ਬਾਏ ਬਾਏ ਇਹਨੇ ਮੇਰਾ ਵੱਡਾ ਪੀਜ਼ਾ ਖੋਲਿਆ ਭੁੱਖੀ ਨੇ ਕੋਈ ਗੱਲ ਨਹੀਂ ਇੱਦਾਂ ਹੀ ਉਹ ਚਾਚੂ ਨੇ ਗਜਾਇਆ ਇੱਦਾਂ ਦਾ ਚਾਚੂ ਨਾਲ ਪਿਆਰ ਹੀ ਬੜਾ ਸਾਰਿਆਂ ਦਾ ਅਜੇ ਅੰਦਰੋਂ ਰੱਜ ਕੇ ਆਏ ਦੋਵੇਂ ਪਿਓ ਪੁੱਤ ਫੇਰ ਉਹ ਕੋਲਡ ਡਰਿੰਕ ਫੜੀ ਆਉਂਦੇ ਅਸੀਂ ਨੀ ਮੀਨੀ ਭਰਾ ਸਾਨੂੰ ਤਾਂ ਖੰਘ ਬੜੀ ਆਉਂਦੀ ਮਹਾਂ ਨਹੀਂ ਖੰਘ ਢਾਈ ਮੈਂ ਨੀ ਪੁੱਤ ਪੀਣੀ ਪਾਪਾ ਦੇ ਦੇ ਪੁੱਤ ਮੈਂ ਤੇ ਬਿਲਕੁਲ ਬਿਲਕੁਲ ਛੱਡੀ ਹੋਈ ਨਹੀਂ ਮੈਂ ਨੀ ਪੀਣੀ ਖੰਘ ਰਾਤੀ ਵੀ ਆਉਂਦੀ ਰਹੀ ਉਦਣ ਦੀ ਪੀਤੀ ਉਹਦੇ ਬੜੇ ਦਿਨ ਨਾ ਨਾ ਇਹਨੂੰ ਨਹੀਂ ਚੱਲੀਏ ਫਿਰ ਬਹੁਤ ਹੋਈਆਂ ਗੱਲਾਂ ਬਾਤਾਂ ਇੱਧਰ ਕੋਡ ਸੈੱਟ ਪਾਇਆ ਏ ਅੱਜ ਇਹਦਾ ਚੁੱਕਿਆ ਈ ਤੋ ਲੈ ਕੇ ਮੰਨੀ ਤੇ ਮਨਦੀਪ ਨਾਲ ਅੱਜ ਮੈਚਿੰਗ ਕੀਤੀ ਵੈਸੇ ਨੇ ਮੈਚਿੰਗ ਹੋਈ ਰੰਗ ਇੱਕੋ ਜਿਹਾ ਤੁਹਾਡਾ ਦੋ ਨੋ ਬ੍ਰੋ ਥੈਂਕ ਯੂ ਲਾਲੀ ਲਾਲੀ ਖੁਸ਼ ਰਹਿੰਦਾ ਵੀ ਪਾਪਾ ਮੈਨੂੰ ਘੁਮਾਉਂਦਾ ਰਹਿੰਦਾ ਇਹ ਸਾਰੀ ਦਿਹਾੜੀ ਅੰਦਰ ਵਾੜ ਛੱਡਦੇ ਹਨਾ ਮੈਂ ਪੁੱਤ ਨੂੰ ਕੱਲ ਕਿੱਥੇ ਕਰਿਆ ਵਾਹਿਗੁਰੂ ਕਹਿ ਵਾਹਿਗੁਰੂ ਰੋਟੀ ਲਾਉਣ ਦੀ ਮਾਰੀ ਦੇ ਉੱਥੇ ਗਈ ਰੋਟੀ ਲਾਉਣ ਦੀ ਮਾਰੀ ਦੇ ਗਈ ਜਿਦਾਂ ਮੈਂ ਕਹਿੰਦੇ ਰਸੋਈ ਚ ਉਹਨੂੰ ਵੜਨ ਆਉਂਦੇ ਰਸੋਈ ਤੈਨੂੰ ਕੀ ਹੁੰਦਾ ਰਸੋਈ ਚ ਮੈਨੂੰ ਚੱਕਰ ਆਉਂਦੇ ਆ ਘਬਰਾਹਟ ਹੁੰਦੀ ਆ ਉਹ ਗੱਲ ਹੀ ਇਹਦੀ ਖਾਣਾ ਬਣਾਉਣਾ ਨੀ ਆਉਂਦਾ ਚੱਕਰ ਹੀ ਆਉਂਦੇ ਉਹ ਵੇ ਦਾਦੂ ਤੋਂ ਉਧਰਿਆ ਹੀ ਸੌਣਾ ਇਹਨੇ ਅਸਲ ਚ ਸੌਣ ਦੀਆਂ ਸਬਿਆਨੇ ਹੋਣ ਦੇ ਸਿਰ ਬਾਬੇ ਤੇ ਨੀ ਲੈ ਕੇ ਮੇਰੇ ਮੋਤ ਨੂੰ ਹਨਾ ਸਿਰ ਦਾਦੂ ਨੇ ਹੀ ਲੈ ਕੇ ਗੁਰਦੁਆਰਾ ਸਾਹਿਬ ਵਾਹਿਗੁਰੂ ਦਾਦੂ ਨੇ ਇੱਥੇ ਨੰਗੇ ਦੁੱਖ ਗਿਆ ਹਾਂ ਵਾਹਿਗੁਰੂ ਵਾਹਿਗੁਰੂ ਦੰਦ ਤੇਰਾ ਢਾੜ ਕੋਈ ਨਹੀਂ ਤੇ ਠੰਡੀਆਂ ਚੀਜ਼ਾਂ ਖਾਣ ਨੂੰ ਹਟਦਾ ਨਹੀਂ ਰਹਿਮਤ ਦਾ ਕਹਿਣਾ ਸਵਾਦ ਆ ਯਾਰ ਮੈਂ ਪਤਾ ਨਹੀਂ ਕਿੱਦਾਂ ਦਿਲ ਤੇ ਪੱਥਰ ਰੱਖ ਕੇ ਕੋਲਡ ਡਰਿੰਕ ਬੰਦ ਕੀਤੀ ਸਹੀ ਗੱਲ ਦੱਸਾਂ ਲਾ ਜੇ ਮਾਰਾ
ਜਿਮ ਲਾਉਣਾ ਹੁਣ ਜੱਟ ਨੇ ਲਾਉਣ ਲੱਗਾ ਮੈਂ ਮੇਰੀ ਨੀ ਬਣਾਉਣੀ ਮੈਂ ਜਿਮ ਲਾਉਣ ਦੇ ਵੀਡੀਓ ਨੀ ਬਣਾਉਂਦਾ ਮਿਲਦੇ ਆ ਨੈਕਸਟ ਦੇ ਵਿੱਚ ਚੋਰੀ ਚੋਰੀ ਮੈਂ 2-10 ਮਿੰਟ ਹੀ ਲਾਉਣਾ